ਮੇਰੇ ਬੇਲੀਓ, ਮੇਰੇ ਸੱਜਣੋ, ਮੇਰੇ ਮਿੱਤਰੋ ਅਤੇ ਮੇਰੇ ਵੀਰੋ, ਮੈਂ ਤੁਹਾਡਾ ਮੇਜ਼ਬਾਨ ਸਰਦਾਰ ਹੈਦਰ ਅਲੀ ਅਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਸੁੱਚੀਆਂ ਗੱਲਾਂ। ਅੱਜ ਅਸੀਂ ਬਰਸਗੀਰ ਦੇ ਉਸ ਸ਼ਾਇਰ ਦੀ ਸ਼ਾਇਰੀ ਪੜ੍ਹਾਂਗੇ ਜਿਹੜਾ ਸ਼ਾਇਰ ਕਿਸੇ ਵੀ ਤਾਰਫ ਦਾ ਮੁਹਤਾਜ ਨਹੀਂ। ਮੁੰਨੂ ਬਾਈ ਜਿਨ੍ਹਾਂ ਦੀ ਸ਼ਾਇਰੀ ਨੇ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ, ਉਹਨਾਂ ਦਾ ਇੱਕ ਕਲਾਮ ਹੈ ਜਿਹੜੀਆਂ ਤੁਹਾਡੀਆਂ ਸਮਾਤਾਂ ਦੀ ਨਜ਼ਰ ਕਰਨ ਲੱਗਾ। ਉਮੀਦ ਕਰਨਾ ਕਿ ਤੁਹਾਨੂੰ ਪਸੰਦ ਆਏਗਾ ਅਤੇ ਵਧੀਆ ਲੱਗੇਗਾ। ਮੁੰਨੂ ਬਾਈ ਆਉਂਦੇ ਨੇ, ਵਾਲ ਵਧਾਲੇ ਰਾਂਝੇ ਨੇ ਅਤੇ ਟਿੰਡ ਕਰਾ ਲਈ ਹੀਰਾਂ ਨੇ, ਮਿਰਜ਼ੇ ਖਾਂ ਨਾਲ ਧੋਖਾ ਕੀਤਾ ਉਹਦੇ ਆਪਣਿਆਂ ਤੀਰਾਂ ਨੇ, ਮੀਟਰ ਲਾ ਕੇ ਖੂਬ ਚਲਾਈ ਸਹਿਬਾ ਉਹਦੇ ਵੀਰਾਂ ਨੇ, ਪਰ ਅਜੇ ਕਿਆਮਤ ਨਹੀਂ ਆਈ। ਤਾਰੀਖ ਤਮਾਸ਼ਾ ਭੁੱਖਾਂ ਦਾ, ਤਹਿਜ਼ੀਬ ਖਡੌਣਾ ਰੱਜਾਂ ਦਾ, ਤਨਕੀਦ ਜਗਾਲੀ ਲਫਜ਼ਾਂ ਦੀ, ਤਸ਼ਹੀਰ ਸਿਆਪਾ ਲੱਜਾਂ ਦਾ, ਮੌਸੀਕੀ ਰਾਤਬ ਕੁੱਤਿਆਂ ਦਾ ਅਤੇ ਅਦਬ ਗਦਾਵਾ ਮੱਝਾਂ ਦਾ, ਪਰ ਅਜੇ ਕਿਆਮਤ ਨਹੀਂ ਆਈ, ਪਰ ਅਜੇ ਕਿਆਮਤ ਨਹੀਂ ਆਈ। ਸੁੱਖ ਸਰਾਣੇ ਬਾਂ ਗੋਰੀ, ਦੁੱਖ ਸੂਟੇ ਚਰਸੀ ਚਿਲਮਾਂ ਦੇ, ਬੱਚੇ ਟੈਸਟ ਟਿਊਬਾਂ ਦੇ, ਲਵ ਲੈਟਰ ਫਿਕਰੇ ਫਿਲਮਾਂ ਦੇ, ਮੱਤ ਮਾਰੀ ਗਈ ਸਿਆਂਫ ਦੀ ਅਤੇ ਬੱਠੇ ਬਹਿ ਗਏ ਇਲਮਾਂ ਦੇ, ਪਰ ਅਜੇ ਕਿਆਮਤ ਨਹੀਂ ਆਈ, ਪਰ ਅਜੇ ਕਿਆਮਤ ਨਹੀਂ ਆਈ। ਧੀਆਂ ਤਿੰਨ ਬਸ਼ੀਰਾਂ ਦੇ ਘਰ, ਪੁੱਤਰ ਚਾਰ ਕਮਾਲੇ ਦੇ, ਪੂੜੀਆਂ ਦੇ ਵਿੱਚ ਕਿੱਸਾ ਮੁੱਕਾ, ਲੂਥ ਗਈ ਵਿੱਚ ਨਾਲੇ ਦੇ, ਲੋਕੀ ਬੈਠੇ ਰਿਸ਼ਤੇ ਜੋੜਨ ਪਿੱਪਲ 'ਤੇ ਪਰਨਾਲੇ ਦੇ, ਪਰ ਅਜੇ ਕਿਆਮਤ ਨਹੀਂ ਆਈ, ਪਰ ਅਜੇ ਕਿਆਮਤ ਨਹੀਂ ਆਈ। ਰੋਗ ਹਜ਼ਾਰਾਂ ਇੱਕੋ ਨੁਸਖਾ, ਇੱਕੋ ਰਾਹ ਗੁਜ਼ਾਰੇ ਦੀ, ਮੱਖਣ ਤਾਂਦਲਿਆਂ ਵਾਲੇ ਦਾ ਅਤੇ ਮਾਖੀ ਜ਼ਿਲ੍ਹਾ ਹਜ਼ਾਰੇ ਦੀ, ਤੀਰਾਂ ਅੱਗੇ ਸੀਨਾ ਤਾਨੇ, ਜੁਰਤ ਝੂਠ ਗੁਬਾਰੇ ਦੀ, ਪਰ ਅਜੇ ਕਿਆਮਤ ਨਹੀਂ ਆਈ, ਪਰ ਅਜੇ ਕਿਆਮਤ ਨਹੀਂ ਆਈ। ਤਖ ਮਕੌੜੇ ਪੜ੍ਹਨ ਨਮਾਜ਼ਾਂ, ਦਾਅਵੇ ਕਰਨ ਖੁਦਾਈਆਂ ਦੇ, ਤਖ ਮਕੌੜੇ ਪੜ੍ਹਨ ਨਮਾਜ਼ਾਂ, ਦਾਅਵੇ ਕਰਨ ਖੁਦਾਈਆਂ ਦੇ, ਬੰਦ ਕਰਨ ਸ਼ਰਾਬਾਂ ਨਾਲੇ, ਪਰਮਟ ਲੈਣ ਸਾਈਆਂ ਦੇ, ਵਾਅਦੇ ਪੀਂਦੇ ਆਪੀ ਕਰਦੇ, ਨਾ ਬਦਨਾਮ ਡਸਾਈਆਂ ਦੇ, ਪਰ ਅਜੇ ਕਿਆਮਤ ਨਹੀਂ ਆਈ, ਪਰ ਅਜੇ ਕਿਆਮਤ ਨਹੀਂ ਆਈ। ਪਾਰਾ ਥਰਮਾਮੀਟਰ ਦਾ, ਸਿਆਸਤ ਚੌਧਰੀ ਤਾਲਬ ਦੀ, ਹੀਰਾ ਮੰਡੀ ਸ਼ਈਏ ਦੀ ਅਤੇ ਦਿੱਲੀ ਮਿਰਜ਼ਾ ਗਾਲਬ ਦੀ, ਚਾਦਰ ਜਰਨਲ ਰਾਣੀ ਦੀ ਅਤੇ ਚਾਰ ਦੀਵਾਰੀ ਜਾਲਬ ਦੀ, ਪਰ ਅਜੇ ਕਿਆਮਤ ਨਹੀਂ ਆਈ, ਪਰ ਅਜੇ ਕਿਆਮਤ ਨਹੀਂ ਆਈ। ਜ਼ੇਰਾਂ ਦੀ ਪੱਟੀ ਦੇ ਮਤਲਬ ਨਿਕਲਣ ਲੱਗ ਪਏ ਜ਼ਬਰਾਂ 'ਚੋਂ, ਜ਼ੇਰਾਂ ਦੀ ਪੱਟੀ ਦੇ ਮਤਲਬ ਨਿਕਲਣ ਲੱਗ ਪਏ ਜ਼ਬਰਾਂ 'ਚੋਂ, ਐਨਕ ਪਾ ਕੇ ਅੰਨੇ ਲੱਭਣ ਹੱਕ ਹਕੀਕਤ ਖਬਰਾਂ 'ਚੋਂ, ਟੀਵੀ ਦੀਆਂ ਕਵਾਲੀਆਂ ਸੁਣ ਕੇ ਮੁਰਦੇ ਜਾਗਣ ਕਬਰਾਂ 'ਚੋਂ, ਪਰ ਅਜੇ ਕਿਆਮਤ ਨਹੀਂ ਆਈ, ਪਰ ਅਜੇ ਕਿਆਮਤ ਨਹੀਂ ਆਈ। ਹਰਫ ਸ਼ਿਕਾਇਤ ਹੋਂਟ ਤਰੋਪੇ, ਕਾਫੀਏ ਤੰਗ ਰਦੀਫਾਂ ਦੇ, ਸੰਗੀ ਨੋ ਗਰੀਬਾਂ ਦੀ, ਹੱਥ ਕੱਟੇ ਗਏ ਗਰੀਬਾਂ ਦੇ, ਲੂਲੇ ਲੰਗੜੇ ਪਾਰ ਤਾਰਨ ਪੁਲ ਸਰਾਤ ਤਰੀਫਾਂ ਦੇ, ਪਰ ਅਜੇ ਕਿਆਮਤ ਨਹੀਂ ਆਈ, ਪਰ ਅਜੇ ਕਿਆਮਤ ਨਹੀਂ ਆਈ। ਚਿੱਟੇ ਵਰਕੇ ਦੇਣ ਸ਼ਹਾਦਤ, ਕਾਲੀ ਸ਼ਾਹ ਜਹਾਲਤ ਦੀ, ਸੁੱਚਲ ਵਾਦਾ ਮਾਫ ਗਵਾਹੀ, ਨਹੀਂ ਰਹੀ ਲੋੜ ਵਕਾਲਤ ਦੀ, ਗੁੱਸੇ ਦੇ ਨਾਲ ਥੜ ਥੜ ਕੰਬੇ, ਕੁਰਸੀ ਅਰਸ਼ ਅਦਾਲਤ ਦੀ, ਪਰ ਅਜੇ ਕਿਆਮਤ ਨਹੀਂ ਆਈ, ਪਰ ਅਜੇ ਕਿਆਮਤ ਨਹੀਂ ਆਈ। ਇੱਜ਼ਤ ਗਈ ਉਸਤਾਦਾਂ ਦੀ ਅਤੇ ਬਸਤਾ ਗਰੀਬ ਪੜਾਕੂ ਦਾ, ਸ਼ੇਰ ਘਿਓ ਦੇ ਮੁੱਲ ਵਿੱਚ ਲੱਭੇ ਹੁਣ ਇੱਕ ਪਾਨ ਤੰਬਾਕੂ ਦਾ, ਹਨੇਰੇ ਦੇ ਵਿੱਚ ਪਤਾ ਨਹੀਂ ਲੱਗਦਾ ਥਾਣੇਦਾਰ ਅਤੇ ਡਾਕੂ ਦਾ, ਪਰ ਅਜੇ ਕਿਆਮਤ ਨਹੀਂ ਆਈ, ਪਰ ਅਜੇ ਕਿਆਮਤ ਨਹੀਂ ਆਈ। ਨਕਲੀ ਦੰਦਾ ਵਾਲੇ ਬੁੱਢੇ ਪੁੱਛਣ ਭਾ ਖਰੋਟਾਂ ਦੇ, ਸਭ ਤੋਂ ਬਹੁਤੀਆਂ ਪੜ੍ਹਨ ਕਿਤਾਬਾਂ ਬੋਝੇ ਓਵਰ ਕੋਟਾਂ ਦੇ,
ਲੈਂਦੇ ਫਿਰਨ ਮੁਬਾਰਕਬਾਦਾਂ ਖਾਲੀ ਡੱਬੇ ਵੋਟਾਂ ਦੇ ਪਰ ਅਜੇ ਕਿਆਮਤ ਨਹੀਂ ਆਈ ਪਰ ਅਜੇ ਕਿਆਮਤ ਨਹੀਂ ਆਈ ਇੰਨੀ ਹੋਈ ਮਨਸੂਬਾਬੰਦੀ ਓਏ ਇੰਨੀ ਹੋਈ ਮਨਸੂਬਾਬੰਦੀ ਨੌਬਤ ਆ ਗਈ ਫਾਕੇ ਦੀ ਹਰ ਇੱਕ ਚੀਜ਼ ਖਲੋਤੀ ਲੱਗੇ ਸਾਨੂੰ ਇਸ ਇਲਾਕੇ ਦੀ ਧੋਖਾ ਚੱਲਦਾ ਏ ਜਾਂ ਫਿਰ ਚੱਲਦੀ ਏ ਮਰਜ਼ੀ ਬਾਬੇ ਸਾਕੇ ਦੀ ਓਏ ਧੋਖਾ ਚੱਲਦਾ ਏ ਜਾਂ ਫਿਰ ਚੱਲਦੀ ਏ ਮਰਜ਼ੀ ਬਾਬੇ ਸਾਕੇ ਦੀ ਪਰ ਅਜੇ ਕਿਆਮਤ ਨਹੀਂ ਆਈ ਪਰ ਅਜੇ ਕਿਆਮਤ ਨਹੀਂ ਆਈ ਸੱਜਣੋ ਅਤੇ ਮਿੱਤਰੋ ਇਹ ਸੀ ਪ੍ਰੋਗਰਾਮ ਸੁੱਚੀਆਂ ਗੱਲਾਂ ਇਹਦੇ ਨਾਲ ਹੀ ਆਪਣੇ ਮੇਜ਼ਬਾਨ ਸਰਦਾਰ ਹੈਦਰ ਨੂੰ ਦਵੋ ਇਜਾਜ਼ਤ ਖਿਆਲ ਰੱਖਿਓ ਆਪਣਾ ਅਤੇ ਆਪਣਿਆਂ ਦਾ ਅਤੇ ਮੁਲਾਕਾਤ ਫਿਰ ਹੋਏਗੀ ਅਗਲੇ ਪ੍ਰੋਗਰਾਮ 'ਤੇ ਕਿਸੇ ਨਵੇਂ ਸ਼ਾਇਰ ਦੀ ਨਵੀਂ ਗੱਲ ਆਪਣੇ ਪੰਜਾਬ ਲੋਕ ਵਿਰਸੇ ਦੀ ਗੱਲ ਕਰਾਂਗੇ ਮੈਂ ਹਮੇਸ਼ਾ ਪੰਜਾਬੀ ਦਾ ਪ੍ਰਚਾਰ ਕੀਤਾ ਅਤੇ ਤੁਹਾਡੇ ਅੱਗੇ ਵੀ ਇਹ ਹੱਥ ਬੰਨ੍ਹ ਕੇ ਰਿਕੁਐਸਟ ਕਰਾਂਗਾ ਕਿ ਤੁਸੀਂ ਵੀ ਪੰਜਾਬੀ ਨਾਲ ਪਿਆਰ ਕਰੋ ਅਤੇ ਪੰਜਾਬ ਦੇ ਲੋਕਾਂ ਨਾਲ ਪਿਆਰ ਕਰੋ ਵੱਸਦੇ ਰਹੋ ਅਤੇ ਮੈਂ ਦੁਆ ਕਰਨਾ ਕਿ ਜਿੱਥੇ ਰਹਿੰਦੇ ਹੋ ਉਹ ਧਰਤੀ ਵੱਸਦੀ ਰਹੇ ਅੱਲਾ ਨਿਗੇਬਾਨ।